ਸਾਰਿਆਂ ਵੱਲੋਂ ਹੋਰ ਵੀ ਆਈ ਪੀਸ ਵੱਲੋਂ ਔਰ ਮਿਲਨ ਬੈਂਸ ਨੂੰ ਜਿਹੜੀ ਕਿ ਏਸ਼ੀਅਨ ਅਥਲੈਟਿਕਸ ਵਿੱਚ ਚੈਂਪੀਅਨ ਰਹੀ ਆ 1500 ਮੀਟਰ ਅਤੇ 800 ਮੀਟਰ ਜਿਸ ਵਿੱਚ ਸਾਰਿਆਂ ਵੱਲੋਂ ਇਲਾਕੇ ਵੱਲੋਂ ਸਟੂਡੈਂਟਸ ਵੱਲੋਂ ਸਕੂਲ ਵੱਲੋਂ ਅਤੇ ਵੀ ਆਈ ਪੀ ਵੱਲੋਂ ਉਹਨਾਂ ਨੂੰ ਜੀ ਆਇਆ सामने। ठीक है।
the role of her grandmother in her success is biggest. Please give them a huge round of applause. Thank you. Just please wait. Thank you. जो मैडल ਤੁਸੀਂ ਟੀਵੀ ਤੇ ਦੇਖਦੇ ਸੀ ਅਖਬਾਰਾਂ 'ਚ ਦੇਖਦੇ ਸੀ ਉਹੀ ਮੈਡਲ ਸਰਵਿੰਦਰ ਨੂੰ Now, I would like to request
Mr. Vijay Sampaji to share their thoughts with our students. ਜਿਹੜੇ ਕਦੇ ਕਦੇ ਸਿੰਥੈਟਿਕ ਟਰੈਕ ਦੇਖ ਕੇ ਘਬਰਾ ਜਾਂਦੇ ਨੇ ਜਦੋਂ ਅਸੀਂ ਨੈਸ਼ਨਲਸ ਜਾਂਦੇ ਅਤੇ ਉਹ ਜਿੱਦਾਂ ਹੁਣ ਵੀ ਮੈਂ ਵੀ ਗਈ ਸੀ ਉੱਥੇ ਮੈਟ ਟਰੈਕ ਸੀ ਮੈਂ ਵੀ ਇੱਕ ਵਾਰ ਨੂੰ ਘਬਰਾ ਗਈ ਸੀ ਲੇਕਿਨ ਜਿਸ ਦੀ ਫੈਡਰੇਸ਼ਨ ਸੀ ਸਾਨੂੰ ਉੱਥੇ ਹਫ਼ਤਾ ਪਹਿਲਾਂ ਲੈ ਗਏ ਤਾਂ ਕਿ ਅਸੀਂ ਉਹ ਟਰੈਕ ਦੇ ਯੂਜ਼ ਟੂ ਹੋ ਜਾਈਏ ਤਾਂ ਅਗਰ ਆਪਾਂ ਗਰਾਸ ਦੇ ਉੱਤੇ ਦੌੜਦੇ ਹਾਂ ਸਭ ਤੋਂ ਪਹਿਲਾਂ 10-10 ਸੈਕਿੰਡ ਉੱਤੇ ਪਾੜੀ ਹੋ ਜਾਂਦੀ ਜੋ ਸਾਡੇ ਨੈਸ਼ਨਲ ਲੈਵਲ ਦਾ ਅਥਲੀਟ ਹੁੰਦੇ ਸਭ ਤੋਂ ਪਹਿਲੇ 10-10 ਸੈਕਿੰਡ ਪਾਸ ਇੱਕ ਸਾਡਾ ਕੋਨਫੀਡੈਂਸ ਹੀ ਨਹੀਂ ਡਿਵੈਲਪ ਹੋ ਪਾਉਂਦਾ ਉੱਥੋਂ ਜੋ ਟ੍ਰੇਨਿੰਗ ਸਿੰਥੈਟਿਕ 'ਤੇ ਹੋ ਸਕਦੀ ਆ ਉਹ ਗਰਾਸ 'ਤੇ ਹੋ ਹੀ ਨਹੀਂ ਸਕਦੀ ਜਿੱਥੇ ਸਾਡਾ ਪੂਰਾ ਵਰਲਡ ਇੱਕ ਟਫ ਸਿੰਥੈਟਿਕ ਤੋਂ ਵੀ ਉੱਤੇ ਯੂਜ਼ ਕਰਨ ਲੱਗ ਗਿਆ ਸਾਡੇ ਕੋਲ ਸਿੰਥੈਟਿਕ ਵੀ ਨਹੀਂ ਹੈਗਾ ਅਤੇ ਉਹਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਅੱਛੇ ਐਥਲੀਟਸ ਬਹੁਤ ਜ਼ਿਆਦਾ ਨਿਕਲ ਜਾਣਗੇ ਸਾਡੇ ਪੰਜਾਬ ਤੋਂ ਅਸੀਂ ਦੋ ਜਾਣੇ ਜਿਹੜੇ ਟਰੈਕ ਐਂਡ ਫੀਲਡ ਵਿੱਚ ਗਏ ਸੀਗੇ ਟੂਰ ਭਾਜੀ ਅਤੇ ਮੈਂ ਦੋਨਾਂ ਦੇ ਮੈਡਲ ਆਏ ਅਗਰ ਚਾਰ ਜਾਂਦੇ ਚਾਰ ਮੈਡਲ ਆਏ ਅਤੇ ਕਮੀ ਸਿਰਫ ਸਾਡੇ ਕੋਲ ਫੈਸਿਲਿਟੀਜ਼ ਦੀ ਹੈ ਕਰੀਮ ਬਹੁਤ ਜ਼ਿਆਦਾ ਹੈ ਬੱਚਿਆਂ ਨੂੰ ਕੀ ਮੈਸੇਜ ਦਊਂਗੇ ਜਿਹੜੇ ਇਲਾਕੇ ਦੇ ਕਿ ਜੋ ਵੀ ਕਰੋ ਆਪਣਾ 100% ਦੇ ਕੇ ਕਰੋ ਕਿਉਂਕਿ ਜਦੋਂ ਮੈਂ ਸਪੋਰਟਸ ਨਹੀਂ ਕਰਨੀ ਸੀ ਮੇਰੇ ਪੇਰੈਂਟਸ ਦਾ ਡ੍ਰੀਮ ਸੀਗਾ ਪਰ ਜਦੋਂ ਮੈਂ ਇਹਦੇ ਵਿੱਚ ਆ ਗਈ ਮੈਂ ਆਪਣਾ 100% ਦਿੱਤਾ ਅਤੇ ਅੱਜ ਤੁਹਾਡੇ ਮੋਹਰੇ ਖੜ੍ਹੀ ਹਾਂ ਅਚੀਵਮੈਂਟਸ ਨਾਲ ਅਤੇ ਅਗਰ ਕੋਈ ਹੋਰ ਵੀ ਆਪਣਾ 100% ਕਿ ਟਾਈਮ ਵੇਸਟ ਨਹੀਂ ਕਰਨਾ ਜੋ ਵੀ ਕਰਨਾ ਆਪਣਾ 100% ਫਿਊਚਰ ਬਾਰੇ ਦੋ ਫਿਊਚਰ ਦੀ ਪਲੈਨਿੰਗ ਹਾਲੇ ਤੁਸੀਂ ਸਭ ਨੇ ਚੇਂਜ ਕਰਵਾ ਦਿੱਤੀ ਮੇਰੀ ਕਿਉਂਕਿ ਮੈਨੂੰ ਸੀਗਾ ਕਿ ਮੈਂ ਬੈਕ ਟੂ ਟ੍ਰੇਨਿੰਗ ਆ ਜਾਊਂਗੀ ਅਤੇ ਨੈਸ਼ਨਲ ਗੇਮਸ ਕਰਨੀਆਂ ਸੀ ਮੈਨੂੰ ਤਾਂ ਸ਼ਾਇਦ ਡਰੋਪ ਕਰਨੀਆਂ ਪੈਣੀਆਂ ਕਿਉਂਕਿ ਜਿਸ ਹਿਸਾਬ ਨਾਲ ਤਿਆਰੀ ਨਹੀਂ ਹਲੇ ਹੋ ਪਾ ਰਹੀ ਪਰ ਜੋ ਓਲੰਪਿਕਸ ਦੀ ਤਿਆਰੀ ਹੈ ਉਹ ਛੇਤੀ ਸ਼ੁਰੂ ਹੋ ਜਾਏਗੀ ਜੋ ਵੀ ਫੈਡਰੇਸ਼ਨ ਨੇ ਹਲੇ ਸਾਰੀ ਪਲੈਨਿੰਗ ਕੀਤੀ ਹੋਈ ਆ ਉਹ ਜਾ ਕੇ ਕੈਂਪ ਦੇ ਵਿੱਚ ਆ ਕੇ ਜੋ ਡਿਸਕਸ ਕਰਾਂਗੇ ਉਹਦੇ ਅਕੋਰਡਿੰਗ ਸਾਡੇ ਲਈ ਬੜੀ ਫਖਰ ਦੀ ਗੱਲ ਹੈ ਸਾਡੇ ਜਿਹੜਾ ਹੁਸ਼ਿਆਰਪੁਰ ਇੱਕ ਮੈਡਲ ਲੈ ਕੇ ਆਈ ਹੈ ਔਰ ਇੱਕ ਨਹੀਂ ਦੋ ਮੈਡਲ ਲੈ ਕੇ ਆਈ ਹੈ ਸਾਡੇ ਲਈ ਫਖਰ ਦੀ ਗੱਲ ਹੈ ਔਰ ਮੈਂ ਜਿੱਥੇ ਹਰ ਮਿਲਣ ਸਾਡੇ ਲਈ ਤਾਂ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਮਾਲਪੁਰ ਦੀ ਉਡਨਪੁਰੀ ਹਰਮਿਲਨ ਕੌਰ ਬੈਂਸ ਨੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਇਲਾਕੇ ਦੇ ਨਾਲ ਨਾਲ ਦੁਆਬਾ ਪਬਲਿਕ ਸਕੂਲ ਦਾ ਨਾਂ ਰੋਸ਼ਨ ਕੀਤਾ ਅਤੇ ਉਹਨੇ ਆਪਣੇ ਜਿਹੜੇ ਰੂਟ ਸੀ ਉਹਨੂੰ ਭੁੱਲੇ ਨਹੀਂ ਹੈ ਅੱਛੀ ਤਰ੍ਹਾਂ ਉਹ ਸਾਰੇ ਉਹਨੂੰ ਯਾਦ ਆ ਦੇਵੇ ਮੈਂ ਅੱਗੇ ਵੀ ਕਾਮਨਾ ਕਰਦਾ ਕਿ ਆਉਣ ਵਾਲੀਆਂ ਖੇਡਾਂ ਦੇ ਵਿੱਚ ਵੀ ਉਹ ਅੱਛੀਆਂ ਪ੍ਰਾਪਤੀਆਂ ਕਰੇ ਪਰਮਾਤਮਾ ਸਾਨੂੰ ਹੋਰ ਵੀ ਮਾਣ ਵਧਾਵੇ ਕੀਤਾ ਕੋਈ ਸਮਾਂ ਸੀ ਫੁੱਟਬਾਲ ਦੀ ਨਰਸਰੀ ਕਰਕੇ ਜਾਣਿਆ ਜਾਂਦਾ ਸੀ ਹੁਸ਼ਿਆਰਪੁਰ ਅਤੇ ਹਿੰਦੁਸਤਾਨ ਦੀ ਫੁੱਟਬਾਲ ਦੀ ਟੀਮ 11-8 ਮੈਚ ਸਾਡੀ ਖੇਡ ਕਰ ਜਦੋਂ 92 ਦੇ ਮੈਚ ਤੋਂ ਵਿਧਾਇਕ ਬਣਿਆ ਉਸ ਇਲਾਕੇ ਦੀ ਮੰਗ ਸੀ ਕਿ ਨੈਸ਼ਨਲ ਪੱਧਰ ਦਾ ਸਾਨੂੰ ਸੀਰੀਅਸ ਚਾਹੀਦਾ ਅਤੇ ਜਦੋਂ ਵਿਧਾਨ ਸਭਾ ਦੇ ਵਿੱਚ ਇਹ ਗੱਲ ਚੁੱਕੀ ਅਤੇ ਸਪੋਰਟਸ ਮਿਨਿਸਟਰ ਨੇ ਕਿਹਾ ਕਿ 7000 ਵੋਟ ਵਾਲਾ ਤਾਂ ਪਿੰਡ ਆ ਅਤੇ ਪਿੰਡ ਜਿਹਾ ਤਾਂ ਹੈਗਾ ਤਾਂ ਸਾਡੇ ਤਾਂ 15-15 ਹਜ਼ਾਰ ਵੋਟ ਦੇ ਪਿੰਡ ਆ ਮਾਲਵੇ ਦੇ ਵਿੱਚ ਜਿਸ ਵੇਲੇ ਮੈਂ ਸਾਰਾ ਰਿਕਾਰਡ ਆਪਣੇ ਖਿਡਾਰੀਆਂ ਦਾ ਜਾ ਕੇ ਵਿਧਾਨ ਸਭਾ ਦੇ ਵਿੱਚ ਇਕੱਲਾ ਰੱਖਿਆ ਕਿ ਇਸ ਦਿਨ ਅਰਜਨਾ ਵਾੜੀ ਅਰਜਨਾ ਵਾਰਡ ਉਹਨਾਂ ਨੂੰ ਮਿਲੇ ਆ ਮਹਾਰਾਣਾ ਰਣਜੀਤ ਸਿੰਘ ਵਾਰਡ ਮਿਲੇ ਆ ਅਤੇ ਮਾਧਵੀ ਜੀ ਦਾ ਦੱਸਿਆ ਕਿ ਉਹਨਾਂ ਨੇ
ਅਥਲੈਟ ਜਿੱਥੇ ਅੱਜ ਦਾ ਅਵਾਰਡ ਪ੍ਰਾਪਤ ਕੀਤਾ ਔਰ ਸਾਨੂੰ ਉਹ ਨੈਸ਼ਨਲ ਪੱਧਰ ਦਾ ਅਫਗਾਨਿਸਤਾਨ ਸਟੇਡੀਅਮ ਸਾਨੂੰ ਮਿਲਿਆ ਜਿਹੜਾ ਅੱਜ ਤਿਆਰ ਹੋ ਕੇ ਖੜ੍ਹਾ ਆ ਅਤੇ ਉਹ ਇਸ ਕਰਕੇ ਇਹਨਾਂ ਵਿੱਚ ਬਦੌਲਤੇ ਆ ਖੜਾ ਕੇ ਦਿੱਤਾ ਇਸ ਕਰਕੇ ਅਸੀਂ ਆਸ ਰੱਖਦੇ ਹਾਂ ਕਿ ਹਰਮਲ ਜਿੱਥੇ ਏਸ਼ੀਆ 'ਚ ਦੋ ਮੈਡਲ ਜਿੱਤ ਕੇ ਆ ਕੇ ਵਰਲਡ ਦੇ ਵਿੱਚ ਨਾਂ ਰੋਸ਼ਨ ਕੀਤਾ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਮਾਲਪੁਰ ਦਾ ਨਾਂ ਰੋਸ਼ਨ ਕੀਤਾ ਮਾਤਾ ਪਿਤਾ ਦਾ ਨਾਂ ਰੋਸ਼ਨ ਕੀਤਾ ਇਸ ਵਿੱਦਿਅਕ ਅਦਾਰੇ ਦਾ ਨਾਂ ਰੋਸ਼ਨ ਕੀਤਾ ਔਰ ਗਾਂ ਗੋਲਡ ਮੈਡਲ ਜਿੱਤ ਕੇ ਆਵੇ ਅਤੇ ਹੋਰ ਵੀ ਸਾਡਾ ਮਾਣ ਜਿਹੜਾ ਵਰਲਡ ਦੇ ਵਿੱਚ ਵਧੇ ਇਸ ਗੱਲ ਦੀ ਮੈਂ ਵਧਾਈ ਵੀ ਦਿੰਦਾ ਅਤੇ ਗੁਰੂ ਦੇ ਚਰਨਾਂ 'ਚ ਕਾਮਨਾ ਵੀ ਕਰਦਾ ਸੱਚੇ ਪਾਤਸ਼ਾਹ ਇਹਨਾਂ ਨੂੰ ਬੁਲੰਦੀਆਂ 'ਤੇ ਪਹੁੰਚਾਵੇ ਅਤੇ ਅਸੀਂ ਵੀ ਇਸੇ ਤਰ੍ਹਾਂ ਖੁਸ਼ੀਆਂ ਮਨਾਉਂਦੇ ਰਹੀਏ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢਿੱਲੋਂ ਸਟਾਫ ਮੈਂਬਰਾਂ ਫੁੱਲਾਂ ਦੀ ਵਰਖਾ ਕਰਦੇ ਹੋਏ ਬੇਟੀ ਦਾ ਮਾਣ ਸਨਮਾਨ ਕਰਦੇ ਹੋਏ ਬਹੁਤ ਬਹੁਤ ਧੰਨਵਾਦ ਸਰਕਾਰੀ ਗਰਲਸ ਜਿਹੜੀਆਂ ਬੱਚਾ ਆਪਣੀ ਵੱਡੀ ਭੈਣ ਤੋਂ ਸਾਨੂੰ ਬਹੁਤ ਜ਼ਿਆਦਾ ਮਾਣ ਹੋ ਰਿਹਾ ਕਿ ਸਾਡੇ ਇਲਾਕੇ ਦੀ ਕੁੜੀ ਆ ਅਤੇ ਸਾਨੂੰ ਬਹੁਤ ਜ਼ਿਆਦਾ ਮਾਣ ਪ੍ਰਾਊਡ ਫੀਲ ਕਰਦੇ ਹਾਂ ਆਪਾਂ ਜੀ ਮਾਲਪੁਰ ਦੀ ਸਾਡੀ ਦੀ ਸ਼ਾਨ ਆ ਜੀ ਬਿਲਕੁਲ ਜੀ ਮੈਂ ਕਿਹਾ ਪੂਰੀਆਂ ਧਮਾਲਾਂ ਪੂਰੀਆਂ ਗੱਪ ਮੈਡਮ ਤੁਸੀਂ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਮਾਲਪੁਰ ਦੇ ਪ੍ਰਿੰਸੀਪਲ ਹੋ ਅਤੇ ਅੱਜ ਸਾਡੇ ਇਲਾਕੇ ਦੀ ਲੜਕੀ ਹਰਮਿਲਨ ਬੈਂਸ ਏਸ਼ੀਅਨ ਐਥਲੈਟਿਕਸ ਵਿੱਚੋਂ ਚੈਂਪੀਅਨ ਬਣੀ ਆ ਦੋ ਸਿਲਵਰ ਮੈਡਲ ਜਿੱਤੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਸਾਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਜੀ ਅਸੀਂ ਉਸ ਏਰੀਏ 'ਚ ਪੜ੍ਹਾ ਰਹੇ ਹਾਂ ਜਿੱਥੋਂ ਦੀ ਲੜਕੀ ਨੇ ਪੂਰੀ ਦੁਨੀਆ ਦੇ ਵਿੱਚ ਆਪਣਾ ਨਾਮ ਰੱਖਿਆ ਸਵਾਗਤ ਕਰਕੇ ਅਸੀਂ ਆਪਣੇ ਕਿਉਂਕਿ ਬੋਆਇਜ਼ ਸਕੂਲ ਹੈ ਬੋਆਇਜ਼ ਸਕੂਲ ਦੇ ਸਟੂਡੈਂਟ ਸਾਡੇ ਕੋਲ ਖੜ੍ਹੇ ਆ ਸਾਡੇ ਸਟਾਫ ਮੈਂਬਰਸ ਖੜ੍ਹੇ ਅਸੀਂ ਤਹਿ ਦਿਲੋਂ ਉਹਨਾਂ ਦਾ ਸਵਾਗਤ ਕਰ ਠੀਕ ਹੈ ਜੀ ਬਹੁਤ ਅੱਛਾ ਅੱਜ ਦੇ ਇਸ ਜਿਹੜਾ ਸਾਡਾ ਪ੍ਰੋਗਰਾਮ ਆ ਖੁਸ਼ੀ ਦਾ ਮਾਹੌਲ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਹਾਂਜੀ ਸਾਨੂੰ ਜੀ ਬਹੁਤ ਖੁਸ਼ੀ ਹੈਗੀ ਆ ਖੁਸ਼ੀਆਂ ਦਾ ਮਾਹੌਲ ਹੈ ਸਾਡੇ ਲਾਗੇ ਅਸੀਂ ਪੰਜਾਬ ਦੀ ਇੰਡੀਆ ਦੀ ਲੜਕੀ ਆ ਉਹ ਏਸ਼ੀਅਨ ਅਥਲੈਟਿਕਸ ਗੇਮ ਵਿੱਚ ਦੋ ਸਿਲਵਰ ਮੈਡਲ ਲੈ ਕੇ ਆਈ ਅੱਜ ਦੇ ਦਿਨ 'ਤੇ ਤੁਸੀਂ ਕੀ ਕਹੋਗੇ ਸਾਨੂੰ ਬਹੁਤ ਖੁਸ਼ੀ ਹੈ ਜੀ ਸਾਡੀ ਧੀ ਆ ਜੀ ਸਾਡੇ ਖਾਸ ਮਾਲਪੁਰ ਦਾ ਇਹਨੇ ਬਹੁਤ ਨਾਮ ਰੋਸ਼ਨ ਕੀਤਾ ਪੂਰੇ ਇੰਡੀਆ ਦਾ ਪੰਜਾਬ ਦਾ ਸਾਨੂੰ ਬਹੁਤ ਮਾਣ ਆ ਸਾਡੀ ਧੀ 'ਤੇ ਇਸ ਵੇਲੇ ਸਾਡੇ ਆਪਣੀ ਬੈਸ ਬੈਂਕ ਵੱਲੋਂ ਇਹਦਾ ਮਾਣ ਸਾਨੂੰ ਖੜ੍ਹੇ ਅਸੀਂ ਸਾਰਾ ਸਟਾਫ ਮੈਂਬਰ ਸਾਰਾ ਖੜ੍ਹਾ ਕਾਲਜ ਦੇ ਪ੍ਰਿੰਸੀਪਲ ਸਾਹਿਬ ਵੱਲੋਂ ਵੈਲਕਮ ਕੀਤਾ ਗਿਆ ਸਮੁੱਚਾ ਸਟਾਫ ਬੈਂਸ ਨੂੰ ਬਹੁਤ ਵਧੀਆ ਜੀ ਗੱਲ ਹੈ ਉਹਨੇ ਵੈਲਕਮ ਕੀਤਾ ਹੈ ਅਤੇ ਇੱਥੇ ਇਹਨਾਂ ਗਰਾਊਂਡਾਂ ਦੇ ਵਿੱਚ ਇਹਨਾਂ ਟਰੈਕ ਦੇ ਵਿੱਚ ਇਹ ਆ ਕੇ ਆਪਣੀ ਪ੍ਰੈਕਟਿਸ ਜਿਹੜੀ ਹੈ ਉਹ ਛੋਟੀ ਏਜ ਤੋਂ ਇਸਨੇ ਸ਼ੁਰੂ ਕੀਤੀ ਹੋਈ ਹੈ ਅਤੇ ਅੱਜ ਉਸ ਮਿਹਨਤ ਨੂੰ ਫਲ ਲੱਗ ਕੇ ਸਾਡੇ ਦਰਮਿਆਨ ਜਿਹੜੇ ਆਏ ਹੈ ਮਿਲਨ ਬੈਂਸ ਏਸ਼ੀਅਨ ਮੈਡਲਿਸਟ ਏਸ਼ੀਅਨ ਡਬਲ ਮੈਡਲਿਸਟ ਇਹਦੇ ਲਈ ਬਹੁਤ ਬਹੁਤ ਜ਼ੋਰਦਾਰ ਤਾੜੀਆਂ ਹਰਮਿਲਨ ਬੈਂਸ ਨੇ ਦੋ ਮੈਡਲ ਜਿੱਤ ਕੇ 800 ਮੀਟਰ ਅਤੇ 1500 ਮੀਟਰ ਦੇ ਵਿੱਚ ਸਾਡੇ ਦੇਸ਼ ਦਾ ਮਾਨ ਵਧਾਇਆ ਸਾਡੇ ਅਸੀਂ ਅੱਜ ਹਰਮਿਲਨ ਬੈਂਸ ਮੈਡਲ ਲੈ ਕੇ ਆਈ ਹੈ ਏਸ਼ੀਅਨਸ ਵਿੱਚ ਬਾਰੇ ਤੁਹਾਨੂੰ ਕਿੰਨੀ ਖੁਸ਼ੀ ਹੋ ਰਹੀ ਹੈ ਸਾਨੂੰ ਲੱਗਦਾ ਕਿ ਹਰਮਿਲਨ ਨਹੀਂ ਮੈਡਲ ਅਸੀਂ ਖੁਦ ਹੀ ਲੈ ਕੇ ਆਏ ਹਾਂ ਇਲਾਕੇ ਲਈ ਸਾਡੇ ਲਈ ਬਹੁਤ ਅੱਜ ਅਸੀਂ ਹਰਮਨ ਡੀ ਜੀ ਤੋਂ ਮਾਲਪੁਰ ਖਾਲਸਾ ਕਾਲਜ ਤੁਸੀਂ ਸਟੂਡੈਂਟ ਆ ਅਤੇ ਅੱਜ ਹਰਮਿਲਨ ਬੈਂਸ ਜਿਹਨੇ ਦੋ ਸਿਲਵਰ ਮੈਡਲ
प्राप्त किए ने, अचीव किए ने, उसके बारे की कहना चाहोगे? बहुत खुशी वाली गल है जी, साड़ी मान होती सी। तुसीं अज एक बड़े खुशी के मौके आए हो ते जिले नाल हो बेटी नूं बधाइया देना आए हैं। और इलाके का नहीं, पंजाब का नहीं, इंडिया का नाम जरा उस बच्चे ने रोशन किया। और आज बहुत माण वाली घड़ी है कि साडा जरा बच्चा है, मेरी भतीजी है हरमिलन, आज इतने आई हैगी है। और हरमिलन बैस जेडे कि एशियन एथलैटिक्स में दो मैडल जीत के आए ने, 800 मीटर ते 1500 मीटर, उसनू जी आया कहन लई सारी होर इलाके की संगत खड़ी हुई है। तो संधु साहब को पुछते हैं कि तुसी अज की महसूस करते हो? वाहेगुरु जी का खालसा, वाहेगुरु जी की फतेह। अज पंजाब ने बहुत ही सुभागा देना कि साडे इलाके की शान हरमिलन बैंस, जो मेरी छोटी भैन आ, उन्होंने अज पूरे देश के जिते अपनी जित का झंडा कढ़िया, उत्थे पंजाब भी बहुत माण महसूस कर रहा, पूरे इंडिया दे विच और पूरे वर्ल्ड दे विच अज पंजाब का सिर माण नाल उच्चा किया। बहुत बहुत धन्यवाद उन्होंने फादर साहब का, जिन्हां दी मेहनत सदका अज इस बुलंदियां ते लड़की पहुँची आ। सो आपां जीआं आखदे आ हरमिलन बैंस नूं हलका चब्बेवाल दे विच आउण ते। सो तुहाडा सारिआं दा बहुत बहुत धन्यवाद। बहुत वाला तरीक है पठानकोट के लिए, क्योंकि पठानकोट की इतनी उन्हें मुकाबले का नाम है जो अज हुशियारपुर पहुंचे थे मानयोग डीसी मैडम वालों, प्रशासनिक अधिकारियों वालों हरमिलन बैंस का वेलकम स्वागत किया जा रहा। बड़ी खुशी की गल है कि इस इलाके पूरे हुशियारपुर के लोग उस दे सत्कार में खड़े हुए ने। बहुत बहुत धन्यवाद प्रोग्राम इन्ना सोहना वेलकम करने लिए, क्योंकि ये मैडल सिर्फ तो मेरा ही नहीं, ताड़ा सब का भी है, सांझा मैडल है। नहीं तो सब भी बहुत ज़्यादा है, मैंने याद आ जो इतने डिस्ट्रिक्ट खेलती होंगी सी तो काफ़ी मज़ा आता सी, पर हुण इस ग्राउंड नूं डिवेलप करने की लोड़ है। सानूं तां सिंथेटिक चाहिए आ, वो मंग रखी है मंत्री साहब ने, जरूर आएगा जेडे इतने बच्चे ने, जरूर इतने ट्रेनिंग करेंगे तो मेरा सिल्वर आया तुम गोल्ड लेके आओगे। तो ये एक फैमिली ने बहुत सपोर्ट किया, स्पोर्टिव सी, धर्मशाला चलेगी, मैंने पता है हर बच्चा नहीं कर सकता, तो अगर डिस्ट्रिक्ट ही सब कुछ नहीं, अगर वो 50% फैसिलिटीज आ जाए तो मैं पूरी श्योरिटी है कि अज पंजाब के दो बच्चे गए थे एशिया के, दोनों के मैडल आए हैं, चार जाते तो चार के मैडल आने से, हूँ अगे जाके छे जाएंगे, छे मैडल पक्का आएंगे। हुशियारपुर इलाका, हुशियारपुर ही नहीं गुरदासपुर भी, अपने पंजाब की गल की जाए तो जलंधर भी, बहुत ज़्यादा अच्छे एथलीट्स ने, बहुत ही ज़्यादा। अगर एक टाइम सीगा जो पंजाब की टीम जाती सी 50 जाने जाते 40 मैडल आते, हुण टीम भी बहुत थोड़ी रह गई है, तो क्रीम भी बहुत थोड़ी रह गई है, होर अदर स्टेट्स बहुत अच्छा परफॉर्म कर रही हैं, तो कितने ना कि मैंने बहुत बुरा लगता हूँ पंजाब के, थोड़ा खून दान खाता है कि अपने पंजाबी इतने ने, तो मैं ज़्यादा खुशी होएगी जे नैशनल के इंटरनेशनल के असी ज़्यादा मैडल देंगे। एक बार फिर इतने पहुँचना बहुत औखा सी, ऑपरेशन होया एक साल पहला, तो पता नहीं क्यों दिल से गल आई नहीं कि ऑपरेशन तो बाद दोबारा कर पाऊँगी या नहीं कर पाऊँगी, इदा सी कि ऑपरेशन हो गया हूँ ठीक हो गई हूँ हो जूगा, तो ये जज्बा तुहाडे विच भी होना चाहिए कि हो जूगा कर लाँगे तो डेफिनेटली हो जूगा, नैगेटिव पॉइंट आना ही नहीं चाहिए। हम मेरे इंटरव्यू के पूछा गया ना कि तेरे दिल के लिए गल आई नहीं कि बैक टू फील्ड आ जाऊंगी? सब तो पहला अपने बच्चों, पीछे कुड़ियां भी बैठी हैं, एक बारी खड़े होके जोर के तालियां, खड़े होके जी,
ਉਹਦਾ ਨਹੀਂ ਕੋਈ ਲੈਣਾ ਦੇਣਾ ਨਹੀਂ ਪਰ ਜਿਸ ਦਿਨ ਆਪਣਾ ਜਦੋਂ ਪਹਿਲਾ ਸਿਲਵਰ ਮੈਡਲ ਆਇਆ ਨਾ ਮੈਨੂੰ ਮੈਸੇਜ ਆਉਣੇ ਸ਼ੁਰੂ ਹੋ ਗਏ ਕੋਂਗਰੈਚੁਲੇਸ਼ਨ ਹੁਸ਼ਿਆਰਪੁਰ ਨੂੰ ਮੈਡਲ ਮਿਲਿਆ ਤਾਂ ਮੈਨੂੰ ਪੂਰਾ ਯਕੀਨ ਹੈ ਕਿ ਇਸ ਟਾਈਮ ਸਾਡੇ ਸਾਰੇ ਹੁਸ਼ਿਆਰਪੁਰ ਵਾਸੀ ਅਸੀਂ ਸ਼ਾਇਦ ਇੰਨੇ ਇੱਥੇ ਇਕੱਠ ਨਹੀਂ ਕਰ ਪਾਏ ਜਿੰਨਾ ਅਸੀਂ ਕਰਨਾ ਚਾਹੁੰਦੇ ਸੀ ਅਤੇ ਜਿੰਨਾ ਹੋਣਾ ਚਾਹੀਦਾ ਸਾਰਿਆਂ ਨੂੰ ਤੁਹਾਡੀ ਇਸ ਉਪਲਬਧੀ 'ਤੇ ਬਹੁਤ ਬਹੁਤ ਜ਼ਿਆਦਾ ਮਾਣ ਹੈ ਮੈਂ ਤੁਹਾਨੂੰ ਅਤੇ ਤੁਹਾਡੇ ਤੋਂ ਵੱਧ ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਬਹੁਤ ਬਹੁਤ ਵਧਾਈਆਂ ਦਿੰਦੀ ਹਾਂ ਮੁਬਾਰਕਾਂ ਦਿੰਦੀ ਹਾਂ ਤੁਸੀਂ ਬੇਟਾ ਇਹ ਸਾਰੇ ਦੇ ਨਾ ਇੰਸਪੀਰੇਸ਼ਨ ਹੋ ਮੈਨੂੰ ਹੁਣ ਇਸ ਮੌਕੇ 'ਤੇ ਨਾ ਆਪਣਾ ਸਿਲੈਕਸ਼ਨ ਵਾਲਾ ਪੀਰੀਅਡ ਯਾਦ ਆ ਗਿਆ ਜਦੋਂ ਅਸੀਂ ਸਿਵਲ ਸਰਵਿਸ ਇਗਜ਼ਾਮ ਕਲੀਅਰ ਕੀਤਾ ਮੈਨੂੰ ਯਾਦ ਹੈ ਉਹ ਨਾ ਟਰੱਕ 'ਚ ਖੜ੍ਹਾ ਕਰਕੇ ਮੇਰੇ ਸਾਰੇ ਪਿੰਡ ਨੇ ਨਾ ਰੈਲੀ ਨਿਕਾਲੀ ਸੀ ਟਰੱਕ 'ਤੇ ਖੜ੍ਹਾ ਕਰਕੇ ਮੈਨੂੰ ਉਹਦੇ ਟਰੋਲੀ 'ਚ ਖੜ੍ਹਾ ਕਰਤੀ ਅਤੇ ਅੱਜ ਹੀ ਬੜੀ ਪੋਜੀਸ਼ਨ 'ਤੇ ਪੂਰਾ ਹਾਰ ਪਹਿਨੇ ਹੋਏ ਨੇ ਉਹ ਸਿਮਿਲਰ ਪੋਜੀਸ਼ਨ ਹਾਰ ਆਪਣੇ ਇੱਥੇ ਤੱਕ ਹੋ ਗਏ ਮੈਂ ਪਿੱਛੇ ਆਪਣੇ ਪਾਪਾ ਨੂੰ ਕਹਿ ਰਹੀ ਮੈਂ ਕਿਹਾ ਮੈਨੂੰ ਬਚਾਓ ਨਿਕਾਲ ਲਓ ਮੈਨੂੰ ਸਾਹ ਨਹੀਂ ਆ ਰਿਹਾ ਇੱਥੇ ਬਟ ਉਸ ਟਾਈਮ ਜੋ ਪ੍ਰਾਈਡ ਆਪਣੇ ਪੇਰੈਂਟਸ ਦੇ ਅੱਖਾਂ 'ਚ ਦੇਖਦੇ ਹੋ ਤੁਸੀਂ ਮੈਨੂੰ ਨਹੀਂ ਲੱਗਦਾ ਕਿ ਉਸ ਤੋਂ ਜ਼ਿਆਦਾ ਕੋਈ ਪ੍ਰਾਊਡ ਮੂਮੈਂਟ ਕਿਸੇ ਲਈ ਹੋ ਸਕਦਾ ਹੈ ਅੱਜ ਤੁਹਾਡੇ ਕਰਕੇ ਸਾਡੇ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਉਹ ਪ੍ਰਾਊਡ ਫੀਲ ਹੋ ਰਿਹਾ ਹੈ ਅਤੇ ਇਸ ਦੇ ਲਈ ਤੁਹਾਨੂੰ ਬਹੁਤ ਬਹੁਤ ਧੰਨਵਾਦ ਮੈਂ ਸਾਰੇ ਬੱਚਿਆਂ ਨੂੰ ਇੱਥੇ ਕਹਾਂਗੀ ਮੈਂ ਦੇਖ ਰਿਹਾ ਆਪਣੇ ਲਾਜਵਰਤੀ ਸਟੇਡੀਅਮ ਦੇ ਹੀ ਇੱਥੇ ਜੋ ਬੱਚੇ ਟ੍ਰੇਨਿੰਗ ਲੈਂਦੇ ਹੈ ਇੱਥੇ ਮੌਜੂਦ ਨੇ ਕੋਚਿਸ ਮੌਜੂਦ ਨੇ ਇੱਥੇ ਬੱਚੋ ਇਹ ਤੁਹਾਡੀ ਇੰਸਪੀਰੇਸ਼ਨ ਹੈ ਤੁਸੀਂ ਹੁਣ ਦੇਖ ਲਓ ਬਹੁਤ ਨੇੜੇ ਪਹੁੰਚ ਚੁੱਕੇ ਹੋ ਉੱਥੇ ਤੋਂ ਲੈ ਕੇ ਇੱਥੇ ਤੱਕ ਦਾ ਹੀ ਫਾਸਲਾ ਤੈਅ ਕਰਨਾ ਹੈ ਤੁਹਾਡੇ ਕੋਲ ਜਿਸ ਤਰ੍ਹਾਂ ਦੀ ਵੀ ਫੈਸਿਲਿਟੀਜ਼ ਅਵੇਲੇਬਲ ਹੈ ਸਰਕਾਰ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਨਫਰਾਸਟ੍ਰਕਚਰ ਅਵੇਲੇਬਲ ਹੋ ਪਰ ਦਿਸ ਇਜ਼ ਯੋਰ ਇੰਸਪੀਰੇਸ਼ਨ ਤੁਹਾਨੂੰ ਹੁਣ ਇੱਥੇ ਤੱਕ ਪਹੁੰਚਣਾ ਹੈ ਇੱਥੇ ਲਈ ਕਿੰਨੀ ਮਿਹਨਤ ਕਰਨੀ ਪੈਣੀ ਹੈ ਤੁਹਾਨੂੰ ਪਤਾ ਹੈ ਨਹੀਂ ਪਤਾ ਤਾਂ ਆਓ ਬੈਠੋ ਖੜ੍ਹੇ ਹੋ ਕੇ ਸਵਾਲ ਪੁੱਛੋ ਦੀਦੀ ਨੂੰ ਕਿ ਕਿਸ ਤਰ੍ਹਾਂ ਕਰਨਾ ਹੈ ਕੀ ਮੋਟੀਵੇਟ ਕੀ ਮੋਟੀਵੇਸ਼ਨ ਦੇਣਾ ਕਿਸ ਤਰ੍ਹਾਂ ਅਸੀਂ ਕਰੀਏ ਮੈਂ ਆਪਣੀ ਤਰਫੋਂ ਵੀ ਅਤੇ ਮੈਂ ਮਾਨਯੋਗ ਮੰਤਰੀ ਸਾਹਿਬ ਨੂੰ ਮੈਂ ਰਿਕੁਐਸਟ ਕਰਾਂਗੀ ਸਰ ਇਹ ਸਾਡੀ ਵੀ ਇੱਥੇ ਡਿਮਾਂਡ ਹੈ ਸਾਨੂੰ ਇੱਥੇ ਇੱਕ ਸਿੰਥੈਟਿਕ ਟਰੈਕ ਐਂਡ ਫੈਸਿਲਿਟੀ ਵੀ ਐਡ ਕਰਨਾ ਚਾਹਾਂਗੇ ਸਰ ਮੈਂ ਵੀ ਆਪਣੀ ਤਰਫੋਂ ਕੋਸ਼ਿਸ਼ ਕਰਾਂਗੀ ਅਤੇ ਸਰ ਨੂੰ ਬੇਨਤੀ ਹੈ ਕਿ ਜੇਕਰ ਇਹ ਵਾਲੀ ਡਿਮਾਂਡ ਪੂਰੀ ਹੋ ਜਾਏ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਕੋਲ ਆਲਰੇਡੀ ਇੱਥੇ ਇਨਫਰਾਸਟ੍ਰਕਚਰ ਕਾਫੀ ਸਪੋਰਟਸ ਲਈ ਅਵੇਲੇਬਲ ਹੈ ਬਟ ਐਥਲੀਟਸ ਲਈ ਅਨਫੋਰਚੁਨੇਟਲੀ ਸਾਡੇ ਹੁਸ਼ਿਆਰਪੁਰ ਦੇ ਵਿੱਚ ਇਨਫਰਾਸਟ੍ਰਕਚਰ ਨਹੀਂ ਹੈ ਸਾਡੇ ਇੱਥੇ ਹੁਸ਼ਿਆਰਪੁਰ ਦੇ ਐਥਲੀਟਸ ਹੁਣ ਜਿੱਥੇ ਇੰਨਾ ਨਾਂ ਰੋਸ਼ਨ ਕਰ ਰਹੇ ਹਨ ਏਸ਼ੀਅਨ ਗੇਮਸ ਦੇ ਵਿੱਚ ਮੈਡਲ ਲਾਉਣਾ ਅਤੇ ਮੈਨੂੰ ਪੱਕਾ ਯਕੀਨ ਹੈ ਅਗਲੀ ਵਾਰੀ ਅਸੀਂ ਔਲ ਹਾਈ ਲੈਵਲ 'ਤੇ ਓਲੰਪਿਕਸ ਦੇ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਵੀ ਮੈਡਲ ਲਾਵਾਂਗੇ ਅਤੇ ਸਰ ਇਹ ਫੈਸਿਲਿਟੀਜ਼ ਸਾਨੂੰ ਅਵੇਲੇਬਲ ਹੋਣੀ ਚਾਹੀਦੀ ਹੈ ਵਿਦ ਇਨ ਰਿਕੁਐਸਟ ਅਤੇ ਅਸੀਂ ਮੈਂ ਵੀ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕਰਾਂਗੀ ਮੈਂ ਇੱਕ ਵਾਰੀ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇੱਥੇ ਆਉਣ 'ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦੀ ਇਸ ਤੋਂ ਪਹਿਲਾਂ ਪ੍ਰਧਾਨ ਜੀ ਨੇ ਵੀ ਇਹੀ ਗੱਲ ਕਹੀ ਕਿ ਅਸੀਂ ਇੱਥੇ ਆਈਏ ਅਤੇ ਕੁਝ ਸਿੱਖ ਕੇ ਵੀ ਜਾਈਏ ਅਸੀਂ ਪਲੀਜ਼ ਮੋਟੀਵੇਟ ਕਰੀਏ ਬੱਚਿਆਂ ਨੂੰ ਕਿ ਵੱਧ ਤੋਂ ਵੱਧ ਮਿਹਨਤ ਕਰੋ ਮੁਸ਼ਕਿਲ ਹੁੰਦੇ ਹੈ ਕੋਈ ਕਿਸੇ ਮੁਕਾਮ ਤੱਕ ਪਹੁੰਚਣਾ ਪਰ ਨਾਮੁਮਕਿਨ ਕੁਛ ਵੀ ਨਹੀਂ ਹੁੰਦਾ ਕੇਵਲ ਇੱਕ ਮਿਹਨਤ ਅਤੇ ਅੰਦਰ ਆਪਣੀ ਵਿਲ ਪਾਵਰ ਹੀ ਹੈ ਜੋ ਸਾਨੂੰ ਸਾਰੇ ਮੁਕਾਮ ਹਾਸਿਲ ਕਰਾ ਦਿੰਦੀ ਹੈ ਅਤੇ ਸਾਨੂੰ ਆਪਣੇ ਬੱਚਿਆਂ ਨੂੰ ਇਹ ਮੈਸੇਜ ਦੇਣ ਦੀ ਬਹੁਤ ਲੋੜ ਹੈ ਕਿ ਤੁਹਾਡੇ ਨਾ ਮਨ 'ਚ ਇੱਕ ਸਪਨਾ ਹੋਣਾ ਚਾਹੀਦਾ ਇੱਕ ਡ੍ਰੀਮ ਹੋਣਾ ਚਾਹੀਦਾ ਜਿਸ ਦੇ ਲਈ ਤੁਸੀਂ ਹਮੇਸ਼ਾ ਕੋਸ਼ਿਸ਼ ਕਰੋ ਅਤੇ ਇਸ ਤਰ੍ਹਾਂ ਦੇ ਮੁਕਾਮ ਹਾਸਿਲ ਕਰ ਸਕੋ ਸਾਨੂੰ ਹਰਮਿਲਨ ਬੈਂਸ ਅਤੇ ਉਹਨਾਂ ਦੇ ਪਰਿਵਾਰ 'ਤੇ ਉਸ ਤੋਂ ਵੀ ਜ਼ਿਆਦਾ ਮਾਣ ਹੈ ਮੈਨੂੰ ਪਤਾ ਕਿ ਬਹੁਤ ਸਾਰੇ ਪੇਰੈਂਟਸ ਸ਼ਾਇਦ ਇੰਨੀ ਮਿਹਨਤ ਨਹੀਂ ਕਰ ਪਾਉਂਦੇ ਜਾਂ ਫਿਰ ਇੰਨਾ ਸਪੋਰਟ ਨਹੀਂ ਦੇ ਪਾਉਂਦੇ ਪਰ ਹੁਣ ਹਰਮਿਲਨ ਲਈ ਤੁਸੀਂ ਸੋਚੋ ਕਿੰਨਾ ਔਖਾ ਹੋਣਾ ਹੁੰਦਾ ਹੈ ਆਪਣੇ ਪੇਰੈਂਟਸ ਦੇ ਵੀ ਫੁੱਟਸਟੈਪਸ ਨੂੰ ਫੋਲੋ ਕਰਕੇ ਇੰਨਾ ਹਾਈਟ ਆ ਗਈ ਜਿੱਥੇ ਪੇਰੈਂਟਸ ਨੇ ਦਿੱਤਾ ਵੀ ਮਦਰ ਵੀ ਚੈਂਪੀਅਨ ਰਹੇ ਨੇ ਫਾਦਰ ਵੀ ਚੈਂਪੀਅਨ ਰਹੇ ਨੇ ਇਸ ਤਰ੍ਹਾਂ ਦੇ ਟਾਰਗੇਟ ਨੂੰ ਅਚੀਵ ਕਰਨਾ ਅਤੇ ਫੈਮਲੀ ਦੇ ਸਪੋਰਟ ਨਾਲ ਅਚੀਵ ਕਰਨਾ ਇਹ ਵੀ ਪ੍ਰੈਸ਼ਰ ਵੀ ਬਹੁਤ ਜ਼ਿਆਦਾ ਹੁੰਦਾ ਹੈ ਮਨ ਦੇ ਵਿੱਚ ਨਾ ਕਿ ਅਸੀਂ ਕਰ ਪਾਵਾਂਗੇ ਨਹੀਂ ਕਰ ਪਾਵਾਂਗੇ ਹਰਮਿਲਨ ਵੀ ਆਰ ਰੀਅਲੀ ਪ੍ਰਾਊਡ ਆਫ ਯੂ ਵੀ ਵਿਸ਼ ਯੂ ਮੈਨੀ ਮੋਰ ਸਕਸੈਸਿਸ
ਅਸੀਂ ਤਾਂ ਇਹ ਬਹੁਤ ਛੋਟਾ ਤੁਹਾਡੇ ਲਈ ਸਟੇਜ ਹੈ, ਬਹੁਤ ਛੋਟਾ ਵੈਲਕਮ ਹੈ, ਤੁਸੀਂ ਜਿੱਥੇ ਸਾਡਾ ਨਾਂ ਰੋਸ਼ਨ ਕੀਤਾ ਹੈ। ਬੱਚੋ, ਪ੍ਰਾਈਮ ਮਿਨਿਸਟਰ ਆਫ ਇੰਡੀਆ ਨਾਲ ਇਹਨਾਂ ਦੀ ਮੁਲਾਕਾਤ ਹੁੰਦੀ ਹੈ। ਫੋਰਨ ਕੰਟਰੀ ਵਿੱਚ ਜਾ ਕੇ ਇਸ ਤਰ੍ਹਾਂ ਦੇ ਮੈਡਲ ਹਾਸਲ ਕਰਨਾ, ਮੈਨੂੰ ਨਹੀਂ ਲੱਗਦਾ ਕਿ ਮਤਲਬ ਇਸ ਤੋਂ ਵੱਧ ਕੋਈ ਆਪਾਂ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰ ਸਕਦੇ ਹੈ। ਪਲੀਜ਼ ਬੀ ਇੰਸਪਾਇਰਡ, ਅਤੇ ਤੁਸੀਂ ਵੀ ਆਪਣਾ ਟਾਰਗੇਟ ਰੱਖੋ ਇਸ ਤਰ੍ਹਾਂ ਦਾ, ਅਤੇ ਇਹ ਮਨ ਦੇ ਵਿੱਚ ਯਕੀਨ ਰੱਖੋ ਕਿ ਅਸੀਂ ਪਹੁੰਚ ਸਕਦੇ ਹਾਂ, ਅਚੀਵ ਕਰ ਸਕਦੇ ਹਾਂ। ਮੈਂ ਹੁਣ ਇੱਕ ਵਾਰੀ ਫਿਰ ਸਾਰੇ ਨੂੰ ਥੈਂਕ ਯੂ ਕਹਾਂਗੀ। ਮੈਂ ਐਸੋਸੀਏਸ਼ਨ ਦਾ, ਐਥਲੈਟਿਕ ਐਸੋਸੀਏਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਔਰਗਨਾਈਜ਼ ਕਰਾਇਆ। ਮਾਨਯੋਗ ਮੰਤਰੀ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਸਰ, ਤੁਹਾਡੇ ਆਉਣ 'ਤੇ ਸਾਨੂੰ ਜਿੱਥੇ ਬਹੁਤ ਜ਼ਿਆਦਾ ਇੰਸਪੀਰੇਸ਼ਨ ਮਿਲਦੀ ਹੈ, ਉੱਥੇ ਮਨ 'ਚ ਇੱਕ ਵਿਸ਼ਵਾਸ ਵੀ ਮਿਲਦਾ ਹੈ ਕਿ ਸਾਡੀ ਡਿਮਾਂਡਸ ਵੀ ਸਾਰੀਆਂ ਪੂਰੀ ਹੋਣਗੀਆਂ ਇੱਥੇ ਆਏ 'ਤੇ। ਥੈਂਕ ਯੂ ਵੈਰੀ ਮੱਚ, ਅਤੇ ਬੀ ਇੰਸਪਾਇਰਡ, ਅਤੇ ਅਸੀਂ ਲੱਗੇ ਰਹੀਏ ਆਪਣੇ ਗੋਲ ਨੂੰ ਅਚੀਵ ਕਰਨ। ਬਹੁਤ ਖੁਸ਼ੀ ਦਾ ਮੌਕਾ ਅੱਜ ਸਾਡੇ ਸਾਰਿਆਂ ਲਈ, ਕਿਉਂਕਿ ਸਾਡੇ ਵਿੱਚ ਹਰਮਿਲਨ ਸਾਡੇ ਹੁਸ਼ਿਆਰਪੁਰ ਦੀ ਬੇਟੀ ਜ਼ਿਲ੍ਹੇ ਦੀ ਮਾਲਪੁਰ ਦੀ ਸਾਡੇ ਵਿੱਚ ਮੌਜੂਦ ਹੈ, ਔਰ ਅਸੀਂ ਅੱਜ ਸਾਰੇ ਉਸ ਪਲ ਨੂੰ ਯਾਦ ਕਰ ਰਹੇ ਹਾਂ ਜਦੋਂ ਇਹਨਾਂ ਨੇ ਚਾਈਨਾ ਦੇ ਵਿੱਚ 800 ਮੀਟਰ ਦੀ ਰੇਸ ਔਰ 1500 ਮੀਟਰ ਦੀ ਦੋਨਾਂ ਦੇ ਵਿੱਚ ਸਿਲਵਰ ਮੈਡਲ ਹਾਸਲ ਕੀਤਾ, ਔਰ ਮੈਂ ਉਸ ਵੇਲੇ ਉਹ ਰੇਸ ਦੇਖੀ ਤਾਂ ਜਦੋਂ ਕੋ ਹੁਸ਼ਿਆਰਪੁਰ ਨਾਲ ਰਿਲੇਟਡ ਗੱਲ ਹੁੰਦੀ ਮੇਰਾ ਤਾਂ ਉਹਦਾ ਜਿਹੜਾ ਉਸ ਵੇਲੇ ਜੋਸ਼ ਉਹਦਾ ਬਹੁਤ ਜ਼ਿਆਦਾ ਹੁੰਦਾ, ਉਹਦਾ ਵੱਧ ਜਾਂਦਾ ਲੈ ਵੀ ਹੁਸ਼ਿਆਰਪੁਰ ਦੀ ਗੱਲ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਅਗਰ ਮੈਨੂੰ ਕੋਈ ਪੁੱਛਦਾ ਵੀ ਦੁਨੀਆ ਦਾ ਸਭ ਤੋਂ ਖੂਬਸੂਰਤ ਸ਼ਹਿਰ ਕਿਹੜਾ, ਮੈਂ ਕਹਿੰਦਾ ਜੀ ਹੁਸ਼ਿਆਰਪੁਰ, ਔਰ ਇਹਨੇ ਸਾਬਤ ਕਰ ਦਿੱਤਾ ਸਾਡੀ ਬੇਟੀ ਨੇ ਤੁਹਾਡਾ ਨਾਂ ਕਰਕੇ। ਕਲਾਇਮ ਦੇਖ ਰਹੇ ਹਾਂ ਆਪਾਂ, ਪਲੀਜ਼ ਬੇਨਤੀ ਹੈ ਕਿ ਜੇ ਕਿਸੇ ਨੇ ਸਨਮਾਨ ਕਰਨਾ ਤਾਂ ਪਲੀਜ਼ ਆਪਾਂ ਪ੍ਰੋਟੋਕਾਲ ਰੱਖਿਆ ਹੈ, ਜ਼ਰੂਰ ਸਮਾਂ ਲਵਾਂਗੇ। ਪਲੀਜ਼ ਇੱਧਰ ਸਟੇਜ 'ਤੇ ਨੋਟ ਕਰਵਾ ਦਿਓ ਪਲੀਜ਼। ਮਨਜੀਤ ਭਾਜੀ, ਸਾਡੇ ਓਲੰਪਿਕ ਡੀਐਸਓ ਸਾਹਿਬ ਸ੍ਰੀ ਸਾਡੇ ਪ੍ਰਧਾਨ ਐਸੋਸੀਏਸ਼ਨ ਦੇ ਰਕੇਸ਼ ਈਰ ਜੀ, ਸਾਡੇ ਮਾਨਯੋਗ ਮੰਤਰੀ ਬ੍ਰਹਮ ਸ਼ੰਕਰ ਜੱਪਾ ਜੀ, ਕਲੈਪਿੰਗ ਕਰੋ ਪਲੀਜ਼ ਕਲੈਪਿੰਗ। ਬਹੁਤ ਮਾਨ ਐਸੋਸੀਏਸ਼ਨ ਹੁਸ਼ਿਆਰਪੁਰ ਮੈਂਬਰਸ, ਉਸ ਤੋਂ ਬਾਅਦ ਸ਼੍ਰੀ ਪ੍ਰਦੀਪ ਡੋਗਰਾ ਜੀ, ਰਕੇਸ਼ ਸ਼ਿਵ ਜੀ, ਬਲਜੀਤ ਜੀ, ਕੋਰ ਸਾਹਿਬ।